स्वागत है किसान भीरों तुहाडा अपने यूट्यूब चैनल ढिलो डेयरी फार्म बरनाला दे विच। जिहड़े किसान भीर अपने इस चैनल ते पहली बार आया उन्हां नूं रिक्वेस्ट है कि अपने यूट्यूब चैनल नूं जरूर सबसक्राइब कर लिओ ते नाल लग्गिया बैल आइकॉन का बटन जरूर प्रेस कर दिओ तां जो अपनी हर नवीं आउण वाली वीडियो का नोटिफिकेशन सब तो पहला तुहानूं मिल सके। सो किसी वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 8427-19817। दोस्तों अज की वीडियो में आप एक तोकड़ गभण बैठ ते दो दोस्तों ताजियां जर्सी ते दोस्तों एच एफ दे विच इन्हां दी बणदी जानकारी तुहाडे नाल सांझी करदे आ किन्ना दुद्ध वादा ते किन्ने टाइम दी बैड़ गब्बड़ा। हाँ जी सत श्री अंकल जी। हाँ जी भाई नाम ते एड्रेस दस दो जी अपना। नाम मेरा रसपाल सिंह, पिंड लताला, जिला लुधियाना, तहसील जगराऊं। मोबाइल नंबर जी? मोबाइल नंबर 98763-6753। 98763-6753। हाँ जी भाई एक नंबर ते बैड़ दी की डिटेल है जी? पूरे हो जाने इसके। हाँ जी भाई दुध कि रेट है जी? बिलकुल दोस्तों बाकी गर्मी ਦੇ ਵਿੱਚ ਵੀ 7 ਲੀਟਰ ਦੁੱਧ ਆ। ਪਹਿਲਾ ਸੂਆ ਸੂਈ ਹੈ, ਦੂਜੇ ਸੂਏ ਨੂੰ ਹੁਣੇ ਗੱਬਣ ਹੈਗੀ, ਥੋੜੀ ਕ੍ਰਾਸ ਬਰੀਡ ਦੇ ਵਿੱਚ ਪੈਂਦੀ ਹੈਗੀ। ਆ ਬੱਚੀ ਦੀ ਮਾੜੀ ਰਾਤ ਵਾਂਗ ਚੱਲ ਕਰੀ। ਆ ਮੂੰਹ ਮੱਥਾ ਤੁਸੀਂ ਬੋਡੀ ਸਟਰਕਚਰ ਦੇਖ ਸਕਦੇ ਹੋ। ਪਹਿਲਾ ਸੂਆ ਸੂਈ ਹੋਈ ਹੈ, ਦੂਜੇ ਸੂਏ ਨੂੰ 3 ਮਹੀਨੇ ਤੋਂ 10 ਦਿਨ ਘੱਟ ਹੈਗੇ। ਗੱਬਣ ਚੈੱਕ ਪਾਸ ਆ ਗਈ, 7 ਲੀਟਰ ਵਾਈ ਹੁਣ ਇਹਦਾ ਬੋੜਾ ਦੁੱਧ ਦੱਸਦੇ ਪਏ ਹੈਗੇ। ਸਵੇਰ ਸਾਂ ਮਿਲ ਜਾ 7.5 ਲੀਟਰ ਇੱਕ ਡੰਗ ਦਾ ਦੁੱਧ ਹੈਗਾ। ਇਸ ਵਕਤ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਦੁਪਹਿਰ ਦਾ 1 ਵਜੇ ਦਾ ਟਾਈਮ ਆ ਦੋਸਤੋ। 1 ਵਜੇ ਵੀਡੀਓ ਕਵਰ ਕਰ ਰਹੇ ਹਾਂ ਆਪਾਂ, 12 ਤਰੀਕ ਆ ਦੋਸਤੋ ਵੀਡੀਓ ਕਵਰ ਕਰਨ ਦੀ ਅਤੇ 1 ਵਜੇ ਦਾ ਟਾਈਮ ਆ। ਮਿਲਕਿੰਗ ਇਹਦੀ ਸੁਬਾਹ ਦੀ ਹੋਈ ਹੋਈ ਆ। ਹੁਣ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆਰਡਰ ਕੁਆਲਿਟੀ, ਥਣਾਂ ਦੀ ਬੱਚੀ ਸਾਫ਼ ਆ, ਇਕੱਲਾ ਇਕੱਲਾ ਥਣ ਨਿਖਣ ਵਾ, ਕ੍ਰੋਸ ਥੋੜ੍ਹੀ ਬਰੀਡ ਦੇ ਵਿੱਚ ਪੈਂਦੀ ਐਚ ਐਫ ਦੇ ਵਿੱਚ ਅਤੇ ਦੂਜੇ ਸੂਏ ਨੂੰ 3 ਮਹੀਨੇ ਦੀ ਗੱਭਣ ਚੈੱਕ ਪਾਸ। ਹਾਂਜੀ ਅੰਕਲ ਜੀ ਕੀ ਡਿਮਾਂਡ ਕੀ ਕਰਦੇ ਜੀ? ਦੁੱਧ ਕਿੰਨਾ ਪਾ ਰਹੀ ਹੈ ਜੀ? ਦੁੱਧ ਇਹਦਾ ਦੋ ਡੰਗ ਧੋਇਆ ਆਪਾਂ, ਬੋਲੀ ਕੱਢੀ ਆ 7-7 ਲੀਟਰ ਦੇ ਗੇੜ, ਦੋ ਡੰਗ ਹੀ ਧੋਇਆ ਇਹ ਕੱਲ ਦੀ ਸੂਈ ਆ। ਠੀਕ ਹੈ, 7 ਲੀਟਰ ਇੱਕ ਡੰਗ ਦਾ ਹੀ? ਹਾਂ ਜੀ ਹਾਂ ਜੀ। 14 ਲੀਟਰ ਦੁੱਧ ਹੈਗਾ ਇੱਕ ਦਿਨ ਦਾ? ਹਾਂ ਬੋਲ ਹੈਗਾ 14। ਸੋ ਵੀਰੋ 14 ਲੀਟਰ ਇਹ ਥੱਲੇ ਬੋਲ ਹੈਗਾ। ਆ ਤੁਸੀਂ ਥਣ ਲੈਵਾ ਨੇੜ ਤੋਂ ਦੇਖ ਸਕਦੇ ਹੋ, ਥਣਾਂ ਦੀ ਬੱਚੀ ਸਾਫ਼ ਆ। ਪਹਿਲਾ ਸੂਆ ਮੂੰਹੋਂ 4 ਦਾ ਦਾ ਤੇ ਤਾਜੀ ਸੂਈ ਹੋਈ ਹੈ, ਪਿੱਛੇ ਇਸ ਦੇ ਬੱਚੀ ਆ, ਕੱਲ ਸੂਈ ਆ ਤਾਜੀ। ਹਾਂਜੀ ਭਾਈ ਇਹਦੀ ਡਿਮਾਂਡ ਕੀ ਕਰਦੇ? ਇਹਦੀ ਡਿਮਾਂਡ ਵੀਰੇ 55,000 ਦਾ। ਸੋ ਵੀਰੋ 55,000 ਰੁਪਇਆ ਬਾਈ ਜੀ ਨੇ ਇਸ ਦੀ ਡਿਮਾਂਡ ਕੀਤੀ ਹੈ। 55,000 ਤੇ ਥੋੜ੍ਹਾ ਬਹੁਤ ਤੁਹਾਡਾ ਮਾਨ ਤਾਨ ਹੋ ਜੂਗਾ। ਵੀਰੋ ਆਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਥਣ ਲੇਵਾ ਬੱਚੀ ਦਾ ਤੁਹਾਡੇ ਸਾਹਮਣੇ ਆ, ਤਾਜ਼ੀ ਸੂਈ ਹੋਈ ਆ, 1 ਦਿਨ ਸੂਈ ਨੂੰ ਹੋ ਚੁੱਕਿਆ। 14 ਲੀਟਰ ਬੋਲਾ ਬਾਈ ਜੀ ਹੁਣ 10 ਦਿਹਾੜੇ ਕੱਢਿਆ ਥੱਲੇ। ਹਾਲੇ ਦੋਸਤੋ ਮੈਲੇ ਵਗੈਰਾ ਚੱਲੂਗੀ ਤਾਂ ਉਮੀਦ ਆ ਦੁੱਧ ਪਾ ਦੂਗੀ ਆਰਾਮ ਨਾਲ 18-19 ਲੀਟਰ ਦੁੱਧ। 18-20 ਲੀਟਰ ਦਾ ਜੀ ਦੱਸਿਆ ਦੁੱਧ ਆਰਾਮ ਨਾਲ ਪਾ ਦੂਗੀ। ਹਾਂਜੀ ਭਾਈ 3 ਨੰਬਰ ਜਰਸੀ ਦੀ ਕੀ ਜਾਣਕਾਰੀ ਹੈ ਜੀ? ਜਾਣਕਾਰੀ ਇਹ ਪਲੂਣ ਆ ਇਹਦੀ ਜੀ, ਮਾਗਰ ਬੱਛੀ ਆ, ਇਹ 500 ਦੀ ਚੁਣੀ ਹੋਈ ਆ। ਦੁੱਧ ਕਿੰਨਾ ਗਈ ਰੇੜੀ? ਦੁੱਧ ਦੇ ਥੱਲੇ ਬੋਲੀ 7 ਲੀਟਰ ਆ, ਦੋਨਾਂ ਟਾਈਮਾਂ ਦੀ 3.5-3 ਕੱਢੀ ਆ। ਸੋ ਵੀਰੋ 3.5-3 ਲੀਟਰ ਬਾਜੀ ਨੇ ਦੁੱਧ ਦੱਸਿਆ ਹੈਗਾ, 7 ਲੀਟਰ ਬੋਲਾ ਹੈਗਾ, 500 ਸੂਈ ਆ, ਆ ਪਿੱਛੇ ਜਰਸੀ ਬਰੀਡ ਦੀ ਬੱਛੀ ਆ ਤੁਸੀਂ ਦੇਖ ਸਕਦੇ ਹੋ। ਹਾਂਜੀ ਭਾਈ ਉਮੀਦ ਕੀ ਕਰਦੇ, ਦੁੱਧ ਕਿੰਨਾ ਪਾ ਦੂਗੀ ਜੀ? ਦੁੱਧ ਇਹ ਦੇ ਹੀ ਦਊਂ 11-11 ਲੀਟਰ 10 ਤੋਂ 10 ਲੀਟਰ ਤੋਂ ਬਾਈ ਦੱਸਿਆ ਆਰਾਮ ਨਾਲ ਪਾ ਦੂਗੀ ਤੀਜਾ ਦਿਨ ਅੱਜ ਸੂਈ ਨਹੀਂ ਹੋਇਆ 7 ਲੀਟਰ ਹਲੇ ਬੋਲਾ ਹੈਗਾ ਜਰਸੀ ਬਰੀਡ ਦੇ ਵਿੱਚ ਆ ਆ ਥਣ ਲੇਵਾ ਤੁਹਾਡੇ ਸਾਹਮਣੇ ਆ ਥੋੜ੍ਹੀ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਹੈਗੀ ਛੋਟੇ ਦ
ਵਾਲਾ ਦੋਸਤੋ। ਹਾਂਜੀ ਭਾਈ, ਇਹਦੀ ਕੀ ਡਿਮਾਂਡ ਆ ਜੀ? ਇਹਦੀ ਵੀਰੇ 28,000 ਮਾਨਦਾਨ ਹੋ ਜਾਊਗਾ, ਕਰ ਦਾਂਗੇ। ਸੋ ਵੀਰੋ 28,000 ਰੁਪਏ ਦੇ ਵਿੱਚ ਤਾਜ਼ੀ ਜਰਸੀ ਬੱਛੀ ਸੂਈ ਹੋਈ, ਪਿੱਛੇ ਇਸਦੇ ਬੱਛੀ ਆ,
7 ਲੀਟਰ ਬੋਲਾ ਰੈਡੀ ਆ ਭਾਈ ਆ ਦੱਸ ਦੇ ਤੋ ਵੀਰੋ ਦੂਜਾ ਸੂਆ ਸੌਰੀ ਦੂਜੇ ਨੰਬਰ ਤੇ ਪਹਿਲਾ ਸੂਆ ਬੱਚੀ ਸੂਈ ਆ ਮੂੰਹ 4 ਦਾ ਦਾ 14 ਲੀਟਰ ਬੋਲਾ ਰੈਡੀ ਆ ਪਿੱਛੇ ਦੋਸਤੋ ਇਸਤੇ ਬੱਚੀ ਆ 1 ਨੰਬਰ ਤੇ ਇਹਦੀ ਡਿਮਾਂਡ ਕਿੰਨੀ ਕਰੀ ਸੀ ਇਹਦੀ ਆਪਾਂ 35 ਸੋ ਵੀਰੋ 1 ਨੰਬਰ ਤੇ ਤੋਕੜ ਗੱਭਣ 3 ਮਹੀਨੇ ਤੋਂ 10 ਦਿਨ ਬਾਕੀ ਹੈਗੇ ਇਹਦੀ ਡਿਮਾਂਡ 35,000 ਰੁਪਈਆ 7 ਲੀਟਰ ਦੋਸਤੋ ਇਹ ਥੱਲੇ ਦੁੱਧ ਆ ਅੱਜ ਦੀ ਵੀਡੀਓ ਪਿੰਡ ਲਤਾਣਾ ਦੋਸਤੋ ਜ਼ਿਲ੍ਹਾ ਇਸ ਨੂੰ ਲੁਧਿਆਣਾ ਪੈ ਜਾਂਦਾ ਇੱਥੋਂ ਕਵਰ ਕਰ ਚੁੱਕੇ ਹਾਂ ਆਪਾਂ ਇਹਨਾਂ ਤਿੰਨੇ ਨਗਾਂ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਦਿੱਤੇ ਨੰਬਰਾਂ 'ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਸੋ ਬਣੇ ਰਹੋ ਆਪਣੇ ਯੂਟਿਊਬ ਚੈਨਲ 'ਤੇ ਲੋ ਡੈਰੀ ਫਾਰਮ ਬਰਨਾਲਾ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ